ਅਸਲਾਮ ਵਾਲੇਕਮ ਜੀ, ਤਾਹਿਰ ਮਜੀਦ ਐਗਰੀ ਵਲੋਗਸ। ਅੱਜ ਆਪਣਾ ਵਿਜ਼ਿਟ ਹੈਗਾ ਜੀ ਕੱਦੂਆਂ ਦਾ। ਦੂਸਰਾ ਦੋਸਤਾਂ ਨੂੰ ਕੱਦੂਆਂ ਦਾ ਵਿਜ਼ਿਟ ਕਰਵਾਈਏ ਸਪੈਸ਼ਲ 25 ਅਗਸਤ ਦੀ ਕਾਸ਼ਤ 'ਤੇ। ਅਤੇ ਅੱਜ ਫਸਲ ਹੋ ਗਈ ਹੈ ਮਾਸ਼ਾਅੱਲਾ ਰਾਉਂਡ ਬਾਉਂਡ 22 ਤੋਂ 25 ਦਿਨ ਦੀ। ਅੱਜ ਦਾ ਜਿਹੜਾ ਹੈਗਾ ਆ ਮੇਨ ਜਿਹੜਾ ਅਗੇਤੀ ਕਾਸ਼ਤ ਕੱਦੂ ਦੀ, ਉਸ ਹਵਾਲੇ ਨਾਲ ਦੋਸਤਾਂ ਨਾਲ ਗੱਲਬਾਤ ਸ਼ੇਅਰ ਕਰੀਏ, ਨਾਲ ਦਿਖਾਈਏ ਕਿ ਟਿਸ਼ੂ ਥੱਲੇ ਕੀ ਸੂਰਤ ਹਾਲ ਹੈ ਫਸਲ ਦੀ। ਅਤੇ ਟਿਸ਼ੂ ਲਗਾਇਆ ਜੀ ਬਾਈ ਨੇ, ਇਮਰਾਨ ਖਾਨ ਸਾਹਿਬ ਨੇ, ਦੂਸਰਾ ਆਪਣੇ ਵਜ਼ੀਰ ਆਜ਼ਮ ਨੇ, ਆਪਣੇ ਇਮਰਾਨ ਖਾਨ ਸਾਹਿਬ ਵੀ ਨੇ ਜੰਡਿਆਲੇ ਦੇ ਵਿੱਚ। ਇਹਨਾਂ ਨੇ ਅਗੇਤੀ ਕਾਸ਼ਤ ਕੀਤੀ ਹੈ ਟਿਸ਼ੂ ਦੇ ਵਿੱਚ ਅਤੇ ਕੱਦੂ ਲਗਾਇਆ ਰਾਉਂਡ ਬਾਉਂਡ 3 ਏਕੜ। ਹੁਣ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ, ਨਾਲ ਦਿਖਾਉਂਦੇ ਹਾਂ। ਇਹ ਲੱਗੀ ਹੈ ਨਾਲ ਓਪਨ ਕਾਸ਼ਤ, ਮਸਲਨ ਕਿ ਇਹ ਤੁਹਾਡਾ ਟਿਸ਼ੂ ਨਹੀਂ ਪਿਆ, ਇਹਦਾ ਹਾਲ ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ। ਨਾਲ ਨਾਲ ਤੁਹਾਨੂੰ ਜਿਹੜਾ ਟਿਸ਼ੂ ਦੇ ਥੱਲੇ ਫਸਲ ਹੈਗੀ ਆ ਉਹਦਾ ਦਿਖਾਉਂਦੇ ਹਾਂ ਸਦੋ ਬਾਬ ਕੀ ਹਾਲ ਹੈ। ਅੱਜ ਗਰਮੀ ਦੀ ਕਾਫੀ ਸ਼ਿੱਦਤ ਹੈ, ਟੈਂਪਰੇਚਰ ਹੈਗਾ ਤਕਰੀਬਨ 37 ਦੇ ਲਾਗੇ, ਅਤੇ 37 ਟੈਂਪਰੇਚਰ ਦੇ ਵਿੱਚ ਜਿਹੜੀ ਓਪਨ ਫਸਲ ਹੈਗੀ ਆ ਉਹ ਤਾਂ ਸੜਦੀ ਜਾਣ ਦਈ ਆ। ਬਾਕੀ ਜਿਹੜੀ ਟਿਸ਼ੂ ਦੇ ਥੱਲੇ ਹੈਗੀ ਆ ਉਹ ਕਾਫੀ ਬਿਹਤਰ ਆ। ਇਹ ਚੈੱਕ ਕਰੋ, ਇਹ ਟਿਸ਼ੂ ਦੇ ਥੱਲੇ ਫਸਲ ਆ। ਟਿਸ਼ੂ ਦਾ ਜਿਹੜਾ ਬੈਨੀਫਿਟ ਹੁੰਦਾ ਆਪਾਂ ਨੂੰ, 2-3 ਬੈਨੀਫਿਟ ਹੁੰਦੇ ਨੇ ਗਰਮੀ ਦੇ ਵਿੱਚ। ਸਫੇਦ ਮੱਖੀ ਦਾ ਅਟੈਕ ਹੁੰਦਾ ਆ ਜਿਸ ਤਰ੍ਹਾਂ ਮੌਸਮ ਠੰਡਾ ਤੱਤਾ ਹੁੰਦਾ ਆ। 3 ਏਕੜ ਲੱਗੇ ਨੇ ਅਤੇ ਇਮਰਾਨ ਸਾਹਿਬ ਬੈਠੇ ਨੇ। ਪਹਿਲੀ ਚੀਜ਼ ਕਿ ਤੁਹਾਡਾ ਲਗਾਉਣ ਦਾ ਤਰੀਕਾ, ਖਰਚਾ, ਕੋਸਟ ਕੀ, ਤੁਹਾਨੂੰ ਪ੍ਰੋਫਿਟ ਆਉਣਾ ਉਹ ਬਾਅਦ ਦੀ ਗੱਲ ਹੈ, ਲੇਕਿਨ ਤੁਹਾਡਾ ਜਿਹੜਾ ਪਹਿਲਾ ਖਰਚਾ ਆਉਣਾ ਆ ਉਹਦੇ ਵਿੱਚ ਤੁਹਾਡਾ ਕੀ ਆਉਣਾ ਆ। ਪਹਿਲੇ ਖਰਚੇ ਦੇ ਵਿੱਚ ਕਮ ਸੇ ਕਮ ਹੀ ਆਪਣਾ ਪਹਿਲੇ ਖਰਚੇ ਨੂੰ ਅਸੀਂ ਮੱਦੇਨਜ਼ਰ ਰੱਖਣਾ ਆ ਅਤੇ 12 ਤੋਂ 14 ਪੱਤੇ ਜਿਹੜੇ ਲੱਗਣੇ ਨੇ 100 ਗ੍ਰਾਮ ਵਾਲੇ ਕੱਦੂ ਦੇ ਜਿਹੜੇ ਹੈਗੇ ਨੇ ਏਕੜ ਦੇ ਵਿੱਚ, ਸੀਡ ਟ੍ਰੀਟਮੈਂਟ ਕਰਕੇ ਅੱਛੀ ਤਰ੍ਹਾਂ ਲਗਾਉਣੇ ਨੇ। ਦੂਸਰਾ ਉਹਦੀ ਚੀਜ਼ ਹੈਗਾ ਟਿਸ਼ੂ ਰਾਉਂਡ ਬਾਉਂਡ 50,000 ਰੁਪਇਆ ਖਰਚਾ ਆ ਜਿਹੜਾ ਤੁਸੀਂ ਜ਼ਿਹਨ 'ਚ ਰੱਖਣਾ ਹੈ। ਔਰ ਤੋਂ ਹਟ ਕੇ ਇਹਨਾਂ ਨੇ ਕਾਸ਼ ਦੇ ਵਿੱਚ ਗੇਤੀ ਦੇ ਵਿੱਚ DAP ਦੀ 1.5 ਬੋਰੀ ਜਿਹੜੀ ਥੱਲੇ ਇਸਤੇਮਾਲ ਕੀਤੀ ਆ। ਫਸਲ ਬਹੁਤ ਹੀ ਅੱਛੀ ਆ, ਸ਼ਾਨਦਾਰ ਆ, ਅੱਲਾ ਪਾਕ ਨਜ਼ਰੇਬਾਦ ਤੋਂ ਬਚਾਵੇ। ਅਤੇ ਅੱਜ ਇਹਨਾਂ ਦਾ ਸਪੈਸ਼ਲ ਵਿਜ਼ਿਟ ਹੈਗਾ ਸੀ ਗੇਤੀ ਕਾਸ਼ ਕੱਦੂ ਦਾ, ਅਤੇ ਵਰਾਇਟੀ ਉਹਨਾਂ ਨੇ ਗੁਜਰਾਂਵਾਲੇ ਤੋਂ ਲੈ ਕੇ ਆਏ ਨੇ ਸਪੈਸ਼ਲ ਜਿਹੜੀ। ਅਤੇ ਇਹ ਜਿਹੜਾ ਸਾਈਡ ਦਾ ਜਿਹੜਾ ਕੱਦੂ ਤੁਹਾਨੂੰ ਵਿਜ਼ਿਟ ਕਰਵਾਉਂਦੇ ਆ, ਇਹ ਜਿਹੜਾ ਇਹ ਜੀ ਟਿਸ਼ੂ ਥੁੜ ਗਿਆ ਸੀ ਅਤੇ ਜਿਹਦੀ ਵਜ੍ਹਾ ਤੋਂ ਟਿਸ਼ੂ ਇਹਦੇ ਉੱਤੇ ਨਹੀਂ ਪੈ ਸਕਿਆ। ਅਤੇ ਇਹ ਵੇਖੋ ਹਾਲ ਕੀ ਹੋਇਆ ਕੱਦੂਆਂ ਦਾ, ਉਹ ਇਸ ਤਰ੍ਹਾਂ ਹੋਏ ਨੇ ਕਿ ਜਿਸ ਤਰ੍ਹਾਂ ਬਰਨਿੰਗ ਦਾ ਸ਼ਿਕਾਰ ਹੋ ਗਿਆ, ਜਿਵੇਂ ਕੋਰਾ ਨਹੀਂ ਪੈ ਜਾਂਦਾ ਉੱਤੋਂ ਤੋਂ ਸੜ ਜਾਂਦੇ ਨੇ ਪੌਦੇ, ਇਸ ਤਰ੍ਹਾਂ ਹਾਲ ਹੋਇਆ। ਜਿਹੜਾ ਅੰਦਰ ਦਾ ਹੈਗਾ ਆ ਮਾੜੂ, ਉਹ ਬਿਲਕੁਲ ਬਿਹਤਰੀਨ, ਤੰਦਰੁਸਤ ਆ, ਸਿਹਤਮੰਦ ਆ। ਕਿਸੇ ਜਗ੍ਹਾ ਤੋਂ ਤੁਹਾਨੂੰ ਵੀ ਚੁੱਕ ਕੇ ਦਿਖਾਉਣਾ ਟਿਸ਼ੂ, ਇਹ ਦੇਖੋ ਅੰਦਰ ਦੇ ਜਿਹੜੇ ਟਿਸ਼ੂ ਹੈਗੇ ਨੇ ਥੱਲੇ ਜਿਹੜੇ ਟਿਸ਼ੂ ਦੇ ਪੌਦੇ। ਸਭ ਨੂੰ ਪਹਿਲਾਂ ਟਿਸ਼ੂ ਦਾ ਬੈਨੀਫਿਟ ਹੁੰਦਾ ਆ ਕਿ ਜਿਹੜਾ ਹੀਟ ਅਬਜ਼ੋਰਬ ਕਰਦਾ ਹੈ। ਦੂਸਰੀ ਚੀਜ਼ ਹੈਗੀ ਕਿ ਟਿਸ਼ੂ ਦੇ ਨਾਲ ਜਿਹੜਾ ਤੁਹਾਡਾ ਮਸਲਾ ਹੁੰਦਾ ਆ ਕਿ ਤੁਹਾਡਾ ਇਨਸੈਕਟ ਕੀੜਾ ਉਹ ਚੀਜ਼ਾਂ ਨੂੰ ਕੰਟਰੋਲ ਕਰਦਾ ਆ, ਨਮੀ ਅਤੇ ਤਨਾਸਬ ਨੂੰ ਬਿਹਤਰੀਨ ਰੱਖਦਾ ਆ, ਹਵਾ ਦਾ ਖੁਰਾਕ ਜਿਹੜਾ ਬਿਹਤਰੀਨ ਰਹਿੰਦਾ ਆ। ਔਰ ਤੋਂ ਬਾਅਦ ਤੁਹਾਡਾ ਟਿਸ਼ੂ ਇੱਕ ਵਾਰੀ ਜਿਹੜਾ ਹੁੰਦਾ ਆ ਇਸਤੇਮਾਲ ਕੀਤਾ 2-3 ਸਾਲ ਚੱਲ ਜਾਂਦਾ ਹੁੰਦਾ ਆ। ਇਹ ਅੰਦਰ ਦੀ ਫਸਲ ਦੇਖਿਓ ਜੀ, ਇਹ ਪੌਦੇ ਅੰਦਰ ਦੇ ਜਿਹੜੇ ਨੇ, ਪਾਣੀ ਉਹਨਾਂ ਨੇ ਲਗਾਇਆ ਆ ਪਾਣੀ। ਇਹ ਦੇਖੋ ਹੁਣ ਪੌਦੇ ਜਿਹੜੇ ਫਲਾਵਰਿੰਗ ਦੇ ਉੱਤੇ ਨੇ,
ਪਾਣੀ ਜਿਹੜਾ ਹੁਣ ਲਗਾਇਆ, ਪਾਣੀ ਪਤਲਾ ਪਤਲਾ ਲਗਾ ਰਹੇ ਨੇ, ਜ਼ਿਆਦਾ ਪਾਣੀ ਭਰ ਕੇ ਨਹੀਂ ਦੇ ਰਹੇ, ਕਿਉਂਕਿ ਟਿਸ਼ੂ ਦੇ ਥੱਲੇ ਪਾਣੀ ਅਗਰ ਜ਼ਿਆਦਾ ਉਹ ਦੇ ਦਿੰਦੇ ਨੇ ਉਹਦੇ ਵਿੱਚ ਤਾਂ ਅੰਦਰ ਹੀਟ ਹਬਸ ਬਣ ਕੇ ਪੌਦਾ ਯੈਲੋਪਨ ਦਾ ਸ਼ਿਕਾਰ ਹੋ ਕੇ ਮਰਨ ਦੇ ਵੀ ਖਤਰੇ ਹੁੰਦੇ ਨੇ। ਅਤੇ ਲਿਹਾਜ਼ਾ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਇਹਨਾਂ ਨੇ ਥੱਲੇ ਜਿਹੜੀ DAP ਪਾਈ ਉਹਦੇ ਨਾਲ ਸਲਫਰ ਤਾਂ ਇਹਨਾਂ ਨੂੰ ਫਿਲਹਾਲ ਥੱਲੇ ਫਲੱਡ ਕਰਵਾਇਆ ਬਸ, ਹੋਰ ਫਾਸਫੋਰਸ ਲਿਕੁਇਡ ਫਾਰਮ ਦੇ ਵਿੱਚ ਆ ਉਹ ਫਲੱਡ ਕਰਵਾਈ ਆ, ਬਾਕੀ ਇਹਨਾਂ ਨੂੰ ਨੈਕਸਟ ਡੋਜ਼ ਇਨਸ਼ਾਲਾ ਪੋਟਾਸ਼ ਦੀ ਲਾਗੇ ਕਹਿ ਰਹੇ ਨੇ, ਹੋਰ ਫਲਾਵਰਿੰਗ 'ਤੇ ਆ ਗਏ ਨੇ, ਹੋਰ 10 ਦਿਨਾਂ ਨੂੰ ਫੁੱਲ ਸ਼ੁੱਲ ਕੱਢ ਜਾਣੇ ਇਹਨਾਂ ਨੇ, ਬਾਕੀ ਪੋਟਾਸ਼ ਥੱਲੇ ਇਸਤੇਮਾਲ ਕਰਵਾਵਾਂਗੇ। ਅਤੇ ਨੈਕਸਟ ਜੋ ਵਿਊ ਹੋਏਗਾ ਅਗੇਕਤੀ ਕਾਸ਼ ਦੇ ਹਵਾਲੇ ਨਾਲ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ। ਗੋਡੀ ਛੋਡੀ ਕਰ ਰਹੇ ਨੇ ਜੀ ਬੰਦੇ, ਗੋਡੀ ਛੋਡੀ ਦੇ ਨਾਲ ਇਹ ਹੋਏਗਾ ਕਿ ਇੱਕ ਤਾਂ ਜੜੀ ਬੂਟੀਆਂ ਦਾ ਖਾਤਮਾ ਹੋ ਜਾਏਗਾ। ਖਾਨ ਸਾਹਿਬ ਖੜ੍ਹੇ ਨੇ, ਇਮਰਾਨ ਅਹਿਮਦ ਖਾਨ ਸਾਹਿਬ, ਅੱਲਾ ਪਾਕ ਸਿਹਤ ਦੇਵੇ, ਬਿਮਾਰ ਨੇ ਥੋੜ੍ਹੇ ਜਿਹੇ ਜ਼ਬਰਦਸਤੀ ਚੁੱਕ ਲਿਆ ਗਰਮੀ 'ਚ ਘਰੋਂ। ਬਾਕੀ ਨਾਲ ਉਹਨਾਂ ਦੇ ਭਾਈ ਨੇ ਆਪਣਾ ਸੇਲ ਅਫਸਰ ਨੇ ਸਾਡੇ ਸੇਵਰ ਵਾਲੇ, ਅਤੇ ਟਿੰਡੀ ਛਿੰਡਾ ਜਿਹੜਾ ਕੱਦੂ ਤੁਹਾਨੂੰ ਦਿਖਾ ਰਹੇ ਹਾਂ, ਗੰਦਛਾਂ ਦੇ ਇੱਕ ਸਾਈਡ ਦੇ ਉੱਤੇ ਕਾਫੀ ਚੜਿਆ, ਛਾਪਰ ਫਟ ਗਿਆ, ਅਤੇ ਇਹ ਸਾਈਡ 'ਤੇ ਤੁਹਾਨੂੰ ਦਿਖਾ ਰਿਹਾ ਜਿਹੜੇ ਬੰਦੇ ਛਿੰਦੇ ਲਾਏ ਨੇ ਉਹਨਾਂ ਨੇ ਗੋਡੀ ਛੋਡੀ ਵਾਸਤੇ। ਗੋਡੀ ਦੇ ਨਾਲ ਜ਼ਿਆਦਾਤਰ ਬੈਨੀਫਿਟ ਇਹ ਹੁੰਦਾ ਹੈ ਕਿ ਜਿਹੜਾ ਵਿੱਚੋਂ ਖੇਲ ਸਾਫ਼ ਹੋ ਜੇ, ਜੜੀ ਬੂਟੀਆਂ ਤਲਫ ਹੋ ਜਾਂਦੀਆਂ, ਔਰ ਤੋਂ ਇਲਾਵਾ ਜਿਹੜੀ ਪੌਦੇ ਦੀ ਖੁਰਾਕ ਹੁੰਦੀ ਮਤਵਾਜ਼ਨ ਉਹ ਮਿਲ ਜਾਂਦੀ ਹੈ ਉਹਦੇ ਨਾਲ ਨਾਲ। ਜਿਸ ਤਰ੍ਹਾਂ ਜੜੀ ਬੂਟੀਆਂ ਖਤਮ ਹੁੰਦੀਆਂ ਜਾਂ ਤੁਹਾਡਾ ਗੋਡੀ ਛੋਡੀ ਹੁੰਦੀ ਆ ਉਹਦੇ ਨਾਲ ਤੁਹਾਡਾ ਜਿਹੜਾ ਹੁੰਦਾ ਆ ਜ਼ਮੀਨ ਨਰਮ ਹੋ ਜਾਂਦੀ ਹੈ। ਇਹ ਫੁੱਲ ਛੁੱਲ ਲੱਗੇ ਆ ਜੀ, ਮਾਸ਼ਾ ਵਾਈਟ ਫਲਾਈ ਦਾ ਉੱਤੇ ਹਮਲਾ ਆ ਸਕਦਾ ਜੀ ਅੱਜ ਕੱਲ੍ਹ ਜਿਹੜਾ ਮੱਖੀ ਦਾ, ਅਤੇ ਇਨਸ਼ਾਅੱਲਾ ਜੋ ਜੋ ਇਨਸੈਕਟ ਦੇ ਬਾਰੇ ਜੋ ਜੋ ਉੱਤੇ ਚੀਜ਼ਾਂ ਤੁਹਾਨੂੰ ਆਉਣਗੀਆਂ ਦੋਸਤਾਂ ਨਾਲ ਸ਼ੇਅਰ ਕਰਾਂਗੇ ਅਤੇ ਨਾਲ ਦਿਖਾਵਾਂਗੇ ਵੀ। ਬਾਕੀ ਕਲੀਅਰ ਸਾਫ਼ ਹੈ ਹਜੇ ਤੱਕ, ਤਾਂ ਮਸਲਾ ਕੋਈ ਨਹੀਂ ਹੈ। ਬਾਕੀ ਬਚਾ ਕੇ ਰੱਖੇ ਅੱਲਾ ਪਾਕ, ਇਹ ਚੈੱਕ ਕੀਤੇ ਨੇ ਵਿੱਚ ਸਾਰੇ ਅਸੀਂ ਪੌਦੇ, ਅਤੇ ਫਿਲਹਾਲ ਤਾਂ ਟਿਸ਼ੂ ਦੀ ਵਜ੍ਹਾ ਤੋਂ ਕਾਫ਼ੀ ਬਿਹਤਰ ਨੇ, ਸਾਫ਼ ਨੇ।